शुक्रवार टाइम हो गया 9:38 ते हुण लगे आपां ब्लॉग नूं स्टार्ट करन ते मैं कुद्दू ते गदीप नूं की आना सी क्योंकि अज उन्हां नाल आपां इक सौदा मारना का कल मारना सीगा ते कल उन्हां नूं काम पै गया उह तूड़ी ते जापड़े कल वी ते हुण उन्हां नूं डिक्की आउण वाले आ उह ते अपने ब्लॉग दे नाल बने रहो एंड तक देखो जिहड़े वीर भरा नवे आए आ उह अपने चैनल जरूर सबसक्राइब करो करो ब्लॉग अपना एंजॉय ओह शुक्र आ भरावा पहुंच गए बहुत टाइम दा सानूं मैं डिक्की जाना गा रोटी खाण लग गए सीगे तकलीफ तां नहीं होई राह च आउंदे नूं हैं ठीक आ चलो फिर हुण की करना सौदा मारना मेरे नाल मार के सौदा फिर चलो आज लो भाई जी अपने कोले कुद्दू आ गया ते गुरदीप भी आ गया ते इहनां नाल आपां इक सौदा मारना सौदा दा केड़ा गा बस भी इक जाने कि ना मेरे कोले जिहड़े मुर्गे रखे फिर उहनां दे विचों दो मुर्गियां सेवा मंगदियां ते मैं इहनां दोनां नाल गल करी आ इह कहिंदे वी सानूं इक मुर्गी दे दो मैं तां उहनूं दोन्ने कहा सी इह कहिंदे दोन्ने साडे तों सांभियां नहीं जाणगियां मैं कहा चलो सही आ इक मुर्गी लै जाओ इह कहिंदे इक मुर्गी दे दो सानूं ते आंडे कहिंदे साडे घरे पए आ कुछ आंडे मेरे कोले पए आ मैं कहा वी तुसीं सेवा बाणो आपदे घरे इह कहिंदे ठीक आ मैं कहा वी जिन्ने बच्चे निकले आए अद्धे मेरे अद्धे इहनां दे मन के चलो वी जे 10 बच्चे निकले आए 5 मेरे 5 इहनां दे ते मुर्गी मैं नाल चक लैणी आ मां उहनां दी हैना लो भाई जी हुण आपां आ गए मुर्गियां दे हाउस दे कोले ते चल भाई कुद्दू कढ मुर्गी फिर किहड़ी आ दो मुर्गियां बैठियां कुद्दू ठीक आ एक ले जाओ जिहड़ी मर्जी ले जाओ ਲੈ ਵੀ ਮੁਰਗੇ ਬਾਹਰ ਆ ਗਏ ਇੱਕ ਮਿੰਟ ਆਹ ਦੇਖੋ ਬਾਈ ਜੀ ਦੋ ਮੁਰਗੀਆਂ ਇਹ ਆਪਣੇ ਕੋਲੇ ਤੇ ਇਹ ਦੋਨੇ ਨੇ ਦੋਨੇ ਸੇਵਾ ਮੰਗੀ ਜਾਂਦੀਆਂ ਬਹੁਤ ਦਿਨਾਂ ਦੀਆਂ ਇੱਥੇ ਹੀ ਬੈਠੀਆਂ ਇਹ 4-5 ਦਿਨ ਹੋ ਗਏ ਆ ਤੇ ਉਹਨਾਂ ਇਹਨਾਂ ਚੋਂ ਇੱਕ ਮੁਰਗੀ ਇਹਨਾਂ ਨੂੰ ਦੇ ਦੇਣਾ ਤੇ ਇੱਕ ਮੁਰਗੀ ਇਹ ਆਪਾਂ ਨਮਾ ਦਾਂਗੇ ਬੈਠੂਗੀ ਆ ਛੋਟੀ ਆ ਹਨਾ ਆਂਡੇ ਹੈਗੇ ਥੱਲੇ ਦੇ ਦੇਖੀ ਕੁਦੂ ਹਾਂਜੀ ਚੱਕ ਲਾ ਆਂਡੇ ਵੀ ਚੱਕ ਲਾ ਖਾ ਦੇ ਇਹਨੂੰ ਪਰੇ ਪਰੇ ਮਾਰ ਪਰੇ ਪਰੇ ਦਵਾਲ ਦੇ ਇਹਨੂੰ ਇਹਨੂੰ ਕਰਾਂਗੇ ਨਮਾ ਦਾਂਗੇ ਇਹਨੂੰ ਹਨਾ ਚੱਕ ਲਾ ਆਂਡੇ ਅਕਾਚ ਲੈ ਕੇ ਜਾਏਗਾ ਆਂਡੇ ਪਾ ਕੇ ਆਂਡੇ ਹੱਥ 'ਚ ਹੀ ਲੈ ਕਾਂਡਾ ਬਾਈ ਤੋੜਤਾ ਮੁਰਗੀ ਨੇ ਤੇ ਬਾਕੀ ਆਂਡੇ ਸਾਰੇ ਸਹੀ ਆ ਬਾਕੀ ਸਹੀ ਆ ਨਾ ਹਾਂਜੀ ਆਹ ਕਾਂਡਾ ਟੁੱਟ ਗਿਆ ਤੇ ਇਹਨੂੰ ਹੁਣ ਪੀ ਲੈਨੇ ਆਪਾਂ ਆਹ ਆਂਡਾ ਟੁੱਟ ਗਿਆ ਤੇ ਮੈਂ ਕਿਹਾ ਇਹ ਆਂਡਾ ਪੀ ਲੈਨੇ ਜਦੋਂ ਮੱਝਾਂ ਮਿਲਾਉਂਦਾ ਹੁੰਦਾ ਸੀ ਨਾ ਬਾਈ ਬਹੁਤ ਆਂਡੇ ਪੀਂਦਾ ਸੀਗਾ ਡੁੱਲੀ ਕਾਹ ਤੋਂ ਜਾਣਾ ਬਾਈ ਲੋ ਚੱਲੇ ਓਕੇ ਲੋ ਬਾਈ ਜੀ ਹੁਣ ਆਪਾਂ ਚੱਲਦੇ ਆ ਕੁੱਦੂ ਕੇ ਘਰੇ ਤੇ ਮੁਰਗੀ ਵੀ ਚੱਕ ਲਈ ਆਪਾਂ ਤੇ ਆਂਡੇ ਆਂਡੇ ਵੀ ਚੱਕ ਲਿਆ ਤੇ ਹੁਣ ਆਪਾਂ ਸੇਵਾ ਬਣਾਉਣੇ ਇਹਨਾਂ ਦੇ ਘਰੇ ਤੇ ਬਾਕੀ ਫਿਰ ਇਹਨਾਂ ਨਾਲ ਸਾਰੀ ਗੱਲਬਾਤ ਜੇ ਕਰਨੀ ਇਹਨਾਂ ਦਾ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਗੇਮ ਪਾ ਜਾਂਦੇ ਆ ਤੇਜ਼ ਬਾਲੇ ਆ ਇਹ ਦੋਨੇ ਜਾਣੇ ਲੋ ਬਾਈ ਜੀ ਮੁਰਗੀ ਤਾਂ ਆਪਣੇ ਵੀ ਘਰੇ ਬੈਠੀ ਸੀਗੀ ਸੇਵਾ ਤੇ ਉਹ ਕਦੇ ਬਹਿ ਜਾਂਦੀ ਸੀ ਕਦੇ ਉੱਠ ਖੜਦੀ ਸੀ ਹੁਣ ਤਾਂ ਚਾਰ ਮਾਰ ਕੇ ਚੱਪਲਾਂ ਮੈਂ ਠਾ ਦੇਣੀ ਆ ਉਹਨੂੰ ਨਹੀਂ ਸੇਵਾ ਦੇ ਨੇੜੇ ਆਉਣਾ ਕਿਉਂਕਿ ਹੁਣ ਆਪਾਂ ਨੂੰ ਆਹ ਮੁਰਗੀ ਮਿਲ ਗਈ ਆ ਜੀ ਆਪਾਂ ਗੁਰਦੀਪ ਦੇ ਘਰੇ ਆ ਗਏ ਆ ਤੇ ਖੁੱਡਾ ਕਿਹੜਾ ਗੁਰਦੀਪ ਓਏ ਉਹ ਪਿਆ ਗਾ ਕੀ ਲੱਭਦਾ ਟਾਇਰ ਇਹ ਕਹਿੰਦੇ ਨਾ ਵੀ ਇੱਕ ਆਪਾਂ ਟਾਇਰ ਲੈ ਕੇ ਉਹ 'ਚ ਤੂੜੀ ਪਾ ਕੇ ਦੁੱਧ 'ਚ ਮੁਰਗੀ ਪਾਵਾਂਗੇ ਕਹਿੰਦੇ ਉਹ 'ਚ ਨਾਲ ਤਾਂ ਆਂਡੇ ਜਿਹੜੇ ਉਹ ਆਸੇ ਪਾਸੇ ਨਹੀਂ ਹੁੰਦੇ ਗੇ ਇਹ ਸਕੀਮ ਹੀ ਬਹੁਤ ਆ ਇਹ ਉਹ ਦੇਖ ਇੱਧਰ ਇਹੀ ਕੰਮ ਹੀ ਇਹਨਾਂ ਦਾ ਕੁੱਕੜਾਂ ਦਾ ਮੁਰਗਿਆਂ ਦਾ ਤੇ ਤਾਂ ਹੀ ਮੈਂ ਇਹਨਾਂ ਕੋਲ ਸੇਵਾ ਭਾਈ ਆ ਲਓ ਬਾਈ ਜੀ ਆਹ ਆਪਣੇ ਕੋਲ ਆਂਡੇ ਆ 16 ਆਂਡੇ ਹੋ ਗਏ 5 ਮੈਂ ਲਿਆ ਸੀ ਕੁਛ ਇਹਨਾਂ ਦੇ ਘਰੇ ਪਏ ਸੀਗੇ ਤੇ 2 ਆਂਡੇ ਆਪਣੇ ਕੋਲ ਹੋਰ ਆ ਤੇ ਉਹ ਆਪਾਂ ਨੂੰ ਦਿਖਾਉਂਦਾ ਗਾ ਕੁੱਦੂ ਤੇ ਉਹ ਸਪੈਸ਼ਲ ਆਂਡੇ ਆ ਕਿਹੜੇ ਆਂਡੇ ਦੋ ਆਹ ਸੀਲ ਮੁਰਗੀ ਦੇ ਆਂਡੇ ਆ ਆਪਾਂ ਨਿਸ਼ਾਨੀ ਲਾ ਰੱਖੀ ਆ ਵੀ ਰੋਲ ਨਾ ਜਾਣ ਦੂਜੇ ਦਿਖਾਈ ਕੀ ਲਈ ਆ ਅੱਛਾ 9 ਪਾਲ ਚਲਾਈ ਬਟਿਆ ਠੀਕ ਆ ਜੀ ਆਪਾਂ ਨੂੰ ਪਤਾ ਲੱਗੇ ਸੀਲ ਮੁਰਗੀ ਨੇ ਕੱਢੇ ਹੋਏ ਆ ਠੀਕ ਆ ਵੀ ਉਹਦੇ ਬੱਚੇ ਆ ਗਾਂ ਜਿੱਦੋਂ ਲਿਆਂਦੇ ਆ ਬਹੁਤ ਚੰਗੇ ਕੁੱਕੜਾ ਬੰਦੇ ਕੋਲੇ ਸੁਰਾ ਜਮਾ ਹਾਂ ਆਪਣਾ ਲਿਆ ਜੀ ਕਰਕੇ ਬੰਦੇ ਨੇ ਆਪਾਂ ਨੂੰ ਆਂਡੇ ਦਿੱਤੇ ਠੀਕ ਆ ਕੁਛ ਉਹਦੇ ਤੇ ਲੜਾਕੂ ਪੂਰੇ ਪੂਰੇ ਲੜਾਕੂ 14 ਆਂਡੇ ਉਹਦੇ ਮੇਰੀ ਮੁਰਗੀ ਹੇਠਾਂ ਉਹਨਾਂ ਦੇ ਘਰੇ ਪਿਆ ਮੁਰਗੀ ਲੈ ਗਿਆ ਮੈਂ ਤੋਂ ਧਾਰੀ ਠੀਕ ਆ ਮਾਂ ਕੇ 14 ਆਂਡੇ ਉਹਦੇ ਹੇਠਾਂ ਪਏ ਆ 2 ਆਂਡੇ ਮੈਂ ਲਿਆ ਬਸ ਸਰਾ ਲੱਗ ਜੂਗਾ ਲਓ ਬਾਈ ਜੀ ਆਹ ਖੁੱਡਾ ਆਪਣਾ ਤੇ ਉਹ ਬੈਠੀ ਮੁਰਗੀ ਤੇ ਆਹ ਇਹਨੇ ਟਾਇਰ ਰੱਖਤਾ ਕਹਿੰਦੇ ਟਾਇਰ ਦੇ ਵਿੱਚ ਆ ਪਾਂਡੇ ਰੱਖ ਕੇ ਉੱਤੇ ਮੁਰਗੀ ਬਹਿ ਜੂਗੀ ਆਪਣੇ ਆਪ ਹੀ ਬਾਈ ਜੇ ਪਾਂਡੇ ਧਰਦੇ ਤੇ ਮੁਰਗੀ ਹੁਣ ਆਪਣੇ ਆਪ ਹੀ ਬਹਿ ਜੂਗੀ ਕਿ ਬਣੀ ਪਊਗੀ ਕਰਦੀ ਆਪਣੇ ਆਪ ਬਹਿ ਜੂਗੀ ਤੇ ਚਲੋ ਸਹੀ ਆ ਇੱਕ ਬਾਈ ਆਪਣੀ ਜਿਹੜੀ ਦੇਸੀ ਮੁਰਗੀ ਹੁੰਦੀ ਆ ਇਹ ਆਮ ਤੌਰ ਤੇ ਦੀ ਸੇਵਾ ਥੋੜੀ ਜਿਹੀ ਘੱਟ ਹੁੰਦੀ ਆ ਜਦੋਂ ਖੁੱਡਾ ਖੋਲਦਾ ਦੂਜੇ ਕੁੱਕੜਾਂ ਦੇ ਨਾਲ ਹੀ ਬਾਹਰ ਆ ਜੂਗੀ ਜਿਹੜੀ ਸੀਲ ਮੁਰਗੀ ਹੁੰਦੀ ਆ ਇਹ ਭਾਵੇਂ ਤੂੰ ਲੱਤਾਂ ਮਾਰੀ ਜਾ ਠਾਈ ਜਾ ਕੁੱਟੀ ਜਾ ਜਿੱਥੇ ਬਹਿ ਗਈ ਬਾ ਉੱਠਦੀ ਨਹੀਂ ਬਾਈ ਜੀ ਆਪਾਂ ਦਾਣੇ ਧਰਤੇ ਪਾਣੀ ਧਰਤੇ ਤੇ ਮੁਰਗੀ ਵੀ ਹੌਲੀ 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 ਬੈਠਣ ਲੱਗ ਗਈ ਪਰ ਥੋੜੀ ਜਿਹੀ ਮੁਰਗੀ ਵੀ ਵੱਡੀ ਲੈ ਕੇ ਆਏ ਆ ਤਾਂ ਕਿ ਇਹ ਸਾਰਿਆਂ ਦੇ ਆਂਡਿਆਂ ਦੇ ਉੱਪਰ ਬਹਿ ਜੇ ਤੇ ਹੀਟ ਸਾਰੇ ਆਂਡਿਆਂ ਨੂੰ ਮਿਲੇ ਕਿਉਂਕਿ ਹੀਟ ਨਾਲ ਹੀ ਬੱਚੇ ਨਿਕਲਨੇ ਆ ਹਨਾ
लो भाई जी आप मुर्गी धरती से हम आप कुदू के बेटा से बैठे कमरे के पखा चली जाता है। तो मेरी गल सुन लो बाबे हुण गुरदीप सिंह तू सुन ला आप 16 अंडे धरे आ ठीक है 8 बचे तेरे 8 मेरे ओके दी रिपोर्ट आ जिदे ओने बच्चे कढ ले मां उन्हां दी मैं नाल लै जानी आ बचे 8 रख लियो आपदी ते सोडियां मझां बकरियां थले जिन्ने आके मर गए ਉਹ ਸੋਡੇ ਮਰਨਗੇ ਮੇਰੇ ਨੀ ਠੀਕ ਆ ਬਾਈ ਦੱਸੋ ਮਜੂਰ ਆ ਕਿ ਨਹੀਂ ਮਜੂਰ ਕਿ ਅੱਧੂ ਬਾਹਰ ਵੀ ਅੱਧਾ ਕਰਨਾ ਅੱਧਾ ਤਾਂ ਕਰਾਂਗੇ ਤੂੰ ਬਾਅਦ ਚਲੋ ਸਹੀ ਆ ਜੀ ਤੇਰਾ ਆਪਾਂ ਮੱਝਾਂ ਥਲੇ ਛੱਡ ਕੇ ਵੇਖ ਲਾਂਗੇ ਹਾਂ ਜਿਨ੍ਹਾਂ ਨੇ ਮਰਨਾ ਉਹਨਾਂ ਤਾਂ ਮਾਰੀ ਜਾ ਜਾ ਪਰੇ ਨਹੀਂ 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 ਆ ਕੰਮ ਨਹੀਂ ਹੋਣਾ ਦਿਮਾਗ ਦੇਖ ਲੋ ਇਹਦਾ ਲੈ ਦੱਸ ਲੈ ਐਦਾਂ ਨਹੀਂ ਕਰਨਾਗਾ ਉਹ ਫਿਰ ਚਿੱਚੜ ਵੀ ਤਰਾਉਣੇ ਉਹਨਾਂ ਤੋਂ ਅੱਛਾ ਅੱਛਾ ਗਾਂ ਇਹਨੇ ਇਹਨਾਂ ਦੀ ਗਾਂ ਦੇ ਚਿੱਚੜ ਬਹੁਤ ਆ ਇਹਨਾਂ ਨੂੰ ਐਸੇ ਕਰਕੇ ਵੀ ਲਾਲਚ ਆ ਵੀ ਜੇ ਬੱਚੇ ਕਹਿੰਦੇ ਵੱਡੇ ਖਾਂਦੇ ਨੇ ਵੱਡੇ ਮੁਰਗੇ ਆ ਉਹ ਜੇ ਚੜਕਾਉਂਦੇ ਨਹੀਂ ਹੈ ਨਾ ਐਦਾਂ ਹੀ ਆ ਨਾ ਤੇ ਚਲੋ ਸਹੀ ਆ ਫਿਰ ਹੁਣ ਆਪਾਂ 21 ਦਿਨਾਂ ਤੱਕ ਕਰੋ ਤੁਸੀਂ ਇੰਤਜ਼ਾਰ ਤੇ ਅੱਜ 28 ਤਰੀਕ ਆ 20 ਅਪ੍ਰੈਲ ਦੇ ਵਿੱਚ ਆਪਣੇ ਬੱਚੇ ਸਾਰੇ ਪ੍ਰੋਪਰ ਬਾਹਰ ਆਣਗੇ ਠੀਕ ਆ 20 ਤਰੀਕ ਤੱਕ ਆਣਗੇ ਆ ਜਾਣਗੇ ਚਲੋ ਬਾਕੀ ਫਿਰ ਵੇਣੇ ਆ ਜਾਗੇ ਆਪਾਂ ਗਾਹਰ ਨਹੀਂ ਜਾਗੇ ਚੰਗਾ 15 ਦਿਨ ਵੀ ਅਸੀਂ ਘਰੇ ਰੱਖਣੇ ਨਾ ਮਾਂ ਦੇ ਨਾਲ ਹਾਂ ਜੂਨ ਦੇ ਮਹੀਨੇ 'ਚ ਬੱਚੇ ਮਿਲਣਗੇ ਠੀਕ ਆ ਕੋਈ ਗੱਲ ਨਹੀਂ ਫਾਈਨਲ ਹੋ ਗਈ ਗੱਲ ਹਾਂ ਜਦੋਂ 10 ਦਿਨਾਂ ਦੇ ਬੱਚੇ ਹੋ ਗਏ ਹੈ ਜਦੋਂ 10 ਦਿਨਾਂ ਦੇ ਬੱਚੇ ਮੁਣ ਕੇ ਚਾਲ ਮੁਰਗੀ ਨੇ ਕੱਢੀ ਨੂੰ ਹੋ ਗਏ ਹਾਂ 10 ਦਿਨਾਂ ਬਾਅਦ ਉਹ ਆਪ ਦਾਣਾ ਚੋਗਣ ਲੱਗ ਪੈਂਦੇ ਆ ਵਾ ਠੀਕ ਆ ਜਦੋਂ ਮਾਂ ਨੇ ਛੱਡਤੇ ਹਾਂ ਉਦੋਂ ਬਾਅਦ ਪੂਰਾ ਦੀ ਮੁਰਗੀ ਬੱਚੇ ਇੱਕ ਜੂਨ ਨੂੰ ਤੇਰੀ ਮੁਰਗੀ ਤੇ ਨੇ ਘਰੇ ਹੋਊਗੀ ਬਸ ਸਹੀ ਹੈ ਚਲੋ ਫਾਈਨਲ ਹੋ ਗਈ ਗੱਲ ਠੀਕ ਆ ਆਪਣੀ ਓਕੇ ਫਿਰ ਕੋਈ ਮੁਰਗੀ ਨੂੰ ਗੱਲਬਾਤ ਹੋਗੀ ਹੈ ਜੇ ਮੁਰਗੀ ਨੂੰ ਜੇ ਮੁਰਗੀ ਨੂੰ ਗੱਲਬਾਤ ਹੋਗੀ ਤਾਂ ਜਾਂ ਤਾਂ ਤੁਹਾਡੀ ਮੈਂ ਗਾਂ ਖੋੜ ਕੇ ਲੈ ਜਾਊਂਗਾ ਤੇ ਜਾਂ ਤੁਹਾਡੀ ਝੋਟੀ ਤੇ ਨਹੀਂ ਤੁਹਾਡੀਆਂ ਬੱਕਰੀਆਂ 2-3 ਠੀਕ ਹੈ ਬਾਈ ਨਹੀਂ ਮੈਂ ਕੋਲ ਕੇ ਲੈ ਜਾਣਾ ਸਾਰਾ ਸਮਾਨ ਤੁਹਾਨੂੰ ਮੈਂ ਦਾ ਦਿੰਦਾ ਪੰਜਾਂ ਮੇਰੀ ਮੁਰਗੀ ਮਾਰਗੀ ਦਾ ਬਸ ਐਨੇ ਤਸੀਲ ਚ ਪੈਂਦਾ ਵੈਸੇ ਮੁਰਗੀ ਦਾ ਪੰਜਾ ਲਵਾ ਲਿਆ ਸੀਗਾ ਠੀਕ ਆ ਵੀ ਜੋ ਤੂੰ ਆਪਦੀ ਜ਼ਿੰਮੇਵਾਰੀ ਤੇ ਸਾਡੇ ਘਰੇ ਬੈਠੇਗੀ ਠੀਕ ਆ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬੱਚੇ ਘੰਟ ਤੇ ਨਾ ਘੰਟ ਦਾਣੇ ਖਾ ਨਾ ਤਾਂ ਤੇ ਲਿਖ ਕੇ ਦੇ ਦੋ ਸਾਨੂੰ ਕਾਜ ਕੋਰਾ ਕਾਗਜ਼ ਤੇ ਮੁਰਗੀ ਦਾ ਪੰਜਾ ਲਵਾ ਲਿਆ ਠੀਕ ਆ ਨਾ ਕੋਈ ਬੰਦੇ ਦਾ ਅੰਗੂਠਾ ਦਾ ਝੂਠਾ ਵੀ ਹੋ ਸਕਦਾ ਹਾਂ ਮੁਰਗੀ ਦਾ ਪੰਜਾ ਤੇ ਉਠਾ ਨਹੀਂ ਹੋ ਸਕਦਾ ਕਿਉਂਕਿ ਉਹਨੇ ਕਿਉਂਕਿ ਉਹਦੇ ਨਾਲ ਪੰਜ ਉਂਗਲਾਂ ਲੱਗਣੀਆਂ ਹਾਂ ਤੇ ਬੰਦੇ ਦਾ ਇੱਕ ਅੰਗੂਠਾ ਲੱਗਣਾ ਇੱਕ ਲੱਗਣਾ ਠੀਕ ਆ ਨਾ ਇਹ ਭਈ ਇਹ ਵੀ ਨੋਟ ਕਰ ਲੈ ਲਿਆ ਪੈੜ ਵੀ ਬੱਠੇ ਦੀ ਲਿਆਦੀ ਤੇ ਨਹੀਂ ਤਾਂ ਜਦੋਂ ਆਪਣੇ ਮੁਰਗੀ ਨੇ ਬੱਚੇ ਕੱਢ ਲਏ ਤੇ ਸਰੀਂ ਪਰ ਤੁਸੀਂ ਬੰਨੋਗੇ ਆਦੇ ਬਾਰ ਚ ਕਿ ਅਸੀਂ ਸਾਨੂੰ ਬੰਨਣਾ ਪਊਗਾ ਉਹ ਤਾਂ ਜੇ ਵੇਖਣਾ ਬੋਣ ਕਿੰਨੀਆਂ ਕੁੜੀਆਂ ਹੋਣਗੀਆਂ ਕਿੰਨੇ ਮੁੰਡੇ ਹੋਣਗੇ ਨਹੀਂ ਨਹੀਂ ਆਖਰ ਵਿੱਚ ਮੁੰਡੇ ਵੀ ਹੋਣਗੇ ਤੇ ਫਿਰ ਸਰੀਂ ਤਾਂ ਬੰਨਾਂਗੇ ਬਾਰਾਂ ਚ ਸਰੀਂ ਬੰਨਾਂਗੇ ਹੈ ਛਣਕਣੇ ਮੰਡੀਆਂ ਸਪੈਸ਼ਲ ਲਿਆਉਂਗਾ ਮੈਂ ਠੀਕ ਆ ਠੀਕ ਆ ਠੀਕ ਆ ਜੀ ਆਹ ਤਾਂ ਮੁਰਗੀ ਨੂੰ ਬਾਹਰ ਵੀ ਵਧਾਵਾਂਗੇ ਬਾਹਰ ਵਧਾਵਾਂਗੇ ਬਾਹਰ ਵਧਾਵਾਂਗੇ 5 ਦਿਨਾਂ ਬਾਅਦ ਕਿਉਂਕਿ ਮੈਂ ਜਾਣਾ ਮੁੰਡਾ ਨਹੀਂ ਕਰੂੰਗਾ ਦੂਜਿਆਂ ਦਾ ਚਲੋ ਸਹੀ ਆ ਭਾਈ ਜਾਣਾ ਮੁੰਡਾ ਪੰਜੀਰੀ ਕਿਹਨੂੰ ਦੇ ਦੇ ਲੈ ਕੇ ਮੈਨੂੰ ਸੋਡੇ ਘਰੇ ਪੰਜੀਰੀ ਸਾਨੂੰ ਹੀ ਲੈ ਕੇ ਆਣੀ ਪਊਗੀ ਠੀਕ ਹੈ ਮੁਰਗੀ ਵਾਸਤੇ ਪੰਜੀਰੀ 10 ਕਿਲੋ ਘਿਓ ਚੰਗ ਜਾਓ ਭਰਾਵਾ ਐਡੇ ਦੇ ਮੇਰੇ ਬੱਚੇ ਨਹੀਂ ਹੋਣੇ ਪੰਜੀਰੀ ਦੇ ਵਿੱਚ ਸਮਾਨ ਪਤਾ ਕੀ ਲੈ ਕੇ ਆਉਣੀ ਹੈ ਕਣਕੀ ਲੈ ਕੇ ਆਉਣੀ ਹੈ ਤੁਸੀਂ ਇੱਕ ਬਾਜਰਾ ਠੀਕ ਆ ਇਹ ਬਸ ਪੰਜੀਰੀ ਦਾ ਸਮਾਨ ਹੈ ਕੋਈ ਬੜਾ ਔਖਾ ਸਮਾਨ ਹੈ ਜੇ ਤੁਸੀਂ ਕਹਿੰਦੇ ਤਾਂ ਮੈਂ ਲਿਖ ਕੇ ਦੇ ਦਿਆਂ ਤੁਹਾਨੂੰ ਕਾਪੀ ਤੇ ਠੀਕ ਆ ਉਹੋ ਜਿਹਾ ਸਮਾਨ ਤੇ ਲੈ ਕੇ ਆ ਜਾਓ ਠੀਕ ਆ ਚੰਗਾ ਕਿਉਂਕਿ ਇਹ ਤਾਂ ਮੁਰਗੀਆਂ ਮਰਗੀਆਂ ਸੇਵਾ ਦੇ ਪਾਉਂਦੇ ਰਹੀਦਾ ਸਾਨੂੰ ਆ ਪੰਜੀਰੀਆਂ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਹਿਸਾਬ ਹੈ ਇਸੇ ਕਰਕੇ ਸਾਨੂੰ ਦੱਸ ਦਿਆਂਗੇ ਵੀ ਅੱਜ ਤੁਸੀਂ ਪੰਜੀਰੀ ਲੈ ਕੇ ਆਉਣੀ ਆ ਠੀਕ ਆ ਅੱਜ ਆ ਮੁਰਗੀ ਬਾਹਰ ਵਧਾਉਣੀ ਆ ਸਾਰੇ ਦਿਨਾਂ ਦੀ ਤੁਹਾਨੂੰ ਡਿਟੇਲ ਕਲੀ ਕਲੀ ਦਿੱਤੀ ਜਾਊਗੀ ਜੇ ਤੁਹਾਡੇ ਤੋਂ ਨਾ ਵੀ ਜਾਏਗਾ ਹੀ ਨਾ ਜਾ ਕੇ ਖੇਚਲ ਕਰਕੇ ਸਾਰਾ ਸਮਾਨ ਮੰਡੀਓ ਦਵਾ ਲਿਆਵਾਂਗੇ ਕੋਈ ਬਾਹਲੀ ਵਾਰਡ ਜਾਣ ਦੀ ਲੋੜ ਨਹੀਂ ਪੰਸਾਰੀਆਂ ਦੀ ਗਾਣ ਆਪਣੇ ਦੇ ਨੇੜੇ ਹੀ ਆਉਂਦੇ ਆ ਪਹਿਲਾਂ ਉਹ ਆਂਡੇ ਤੇ ਬੈਠੀ ਸੀਗੀ ਹਾਂ ਉਹਨੇ ਕਹਿੰਦੀ ਮੇਰਾ ਤਾਂ ਜਵਾਬ ਆ ਮੈਥੋਂ ਦੂਜੇ ਜਾਦੇ ਨਿਕਲ ਕਹਿੰਦੀ ਗਰਮੀ ਬਹੁਤ ਜ਼ਿਆਦਾ ਹਾਰ ਮੰਨ ਗਈ ਹੱਥ ਖੜੇ ਕਰ ਗਈ ਹਾਰ ਮੰਨ ਗਈ ਹੱਥ ਖੜੇ ਕਰ ਗਈ ਹੱਥ ਖੜੇ ਕਰ ਗਈ ਆ ਯਾਰ ਮੇਰੇ ਕੀ ਅੰਡੇ ਖਰਾਬ ਕਰਾ ਦਿੱਤੇ ਕਹਿੰਦੀ ਕਹਿੰਦੀ ਵੇਖੋ ਐਡੇ ਵੱਡੇ ਜਾਨਵਰ ਅੱਧ ਲਾ ਲਓ ਗਾਂ ਲਾ ਲਓ ਇੱਕ ਬੱਚਾ ਦਿੰਦੇ ਆ ਕਹਿੰਦੀ ਕਹਿੰਦੀ ਮੈਂ ਭੋਰਾ ਭਰ ਮੁਰਗੀ ਤੁਸੀਂ 16 ਬੱਚੇ ਨਹੀਂ ਪਾਉਂਦੇ ਫਿਰਦੇ ਮੈਂ ਤਾਂ ਕਰਕੇ ਜੀ ਉਹ ਮੁਰਗੀ ਥੋੜਾ ਰੁੱਸ ਗਈ ਮੈਂ ਡਿਕਲੇਅਰ ਨਹੀਂ ਕਰ ਨਹੀਂ ਉਹ ਤਾਂ ਦਿਖਾਇਆ ਸੀ ਸੈਨਿਕ ਕਰਾਇਆ ਸੀ ਤੁਸੀਂ ਉਹ ਤਾਂ ਸੈਨਿਕ ਕਰਾਇਆ ਸੀਗੇ ਜੀ ਮੁਕਰ ਗਈ ਮੁਕਰ ਗਈ ਕੋਈ ਜਵਾਨੀ ਉਹਦੀ ਉਹਦੀ ਜਵਾਨੀ ਮੈਂ ਕਹਿੰਦਾ ਜੀ ਅੱਜ ਤੋਂ ਬਾਅਦ ਨਾ ਤੇਰਾ ਫੁੱਟੇ ਜੀ ਕੋਈ ਹਿੱਸਾ ਨਾ ਤੇਰਾ ਕੋਈ ਦਾਣਾ ਜੇ ਸਾਹ ਦਾ ਬਾਅਦ ਚੁੱਕੇ ਤੇ ਮੁੱਢ ਤੇ ਬਹਿ ਜਾਗਾ ਬਸ ਆਂਡੇ ਦੇਈ ਚੱਲ ਹੁਣ ਜਿਹੜੇ ਆ ਬੱਚੇ ਇਹਨਾਂ ਨੂੰ ਐਸਾ ਮਿਲੂਗਾ ਖੁੱਡੇ ਚੋਂ ਇਹਨਾਂ ਨੂੰ ਮਿਲੂਗਾ ਕੀਤਾ ਮਾਰ ਕੇ ਫਿਰ ਤਾਂ ਯਾਰ ਛੋਟੀ ਮੁਰਗੀ ਨੇ ਮਾੜਾ ਕਰਿਆ ਤੁਹਾਡੇ ਨਾਲ ਹਨਾ ਬਹੁਤ ਮਾੜਾ ਕਰਿਆ ਮਾੜਾ ਕਰਿਆ ਦਿਲ ਤਾਂ ਦੁਖਦਾ ਯਾਰ ਦਿਲ ਤਾਂ ਦੁਖਦਾ ਕਿਵੇਂ ਪਾਲੀ ਸੀ ਪੁੱਤਾਂ ਨੂੰ ਹਨਾ ਇਹੋ ਜਿਹੇ ਤਾਂ ਦੁਸ਼ਮਣ ਨਾਲ ਵੀ ਨਾ ਹੋਵੇ ਜਿਹੜੀ ਤੁਹਾਡੇ ਨਾਲ ਹੋਗੀ ਇਹਨਾਂ ਨੂੰ ਬਹੁਤ ਦਿਨ ਹੋ ਗਿਆ ਬਈ ਕੁੱਟੇ ਜਾਂਦੇ ਤੇ ਇਹਨੂੰ ਉਹ ਕੀ ਕਰ 2 ਮਿੰਟ ਬੈਠੀ ਆ ਤੇ 10 ਮਿੰਟ ਬਾਹਰ ਰਹਿੰਦੀ ਆ ਆਈ ਵਾਲਾ ਨਾ ਦੋ ਘੱਟੇ ਕਣਕ ਦੇ ਖਾ ਗਈ ਉਹ ਹੁਣ ਤਾਂ ਇੱਕ ਜੀ ਕਰਦਾ ਹੀ ਬਸ ਪਤੀਲਾ ਹੋਵੇ ਤੇ ਨਾਲ ਇੱਕ ਸੂਈ ਤੇ ਕਿਲੋ ਗੰਡਿਆਂ ਦਾ ਚੱਲ ਕੋਈ ਨਹੀਂ ਪੈ ਜਾਂਦੇ ਮੀਂਹ ਜਾਂ ਫਿਰ ਬੜੀ ਠੰਡ ਜੋ ਇਹਨੇ ਗਰਮੀ ਬੜੀ ਆ ਸਰ ਮੈਂ ਮੁਰਗੀ ਦੱਸੂਗਾ ਵੀ ਕਿਵੇਂ 16 ਬੱਚੇ ਕੱਢੀ ਤੇ ਤੈਨੂੰ 4 ਬੰਦੀ ਖਾ ਕੇ ਠੀਕ ਆ ਚਲੋ ਬਾਈ ਇਹ ਆਗੜ ਵਾਸਤੀ ਆਪਣੀ ਲੋ ਬਾਈ ਜੀ ਹੁਣ ਤੁਹਾਨੂੰ ਮੈਂ ਆਪਦੀ ਮੁਰਗੀ ਵਾਸਤੇ ਜਿਹੜਾ ਪੰਜੀਰੀ ਦਾ ਸਮਾਨ ਲਿਆਂਦਾ ਸੀਗਾ
छोले ते बदामां दा डब्बा है अच्छा भी तुसी जानी कोदे लेके आए सीगे ते फिर हुण ਫਿਰ ਅਸੀਂ ਰੇਸ਼ਮ ਪਿੰਡੂ ਦੇ ਘਰੇ ਗਏ ਹਾਂਜੀ ਰੇਸ਼ਮ ਪਿੰਡੂ ਨਾਲ ਸਲਾਹ ਕੀਤੀ ਹਾਂ ਤੇ ਉਹਨੇ ਸਾਨੂੰ ਇੱਕ ਮੁਰਗੀ ਦਿੱਤੀ ਉਹ ਕਹਿੰਦਾ ਪੰਜਰੀ ਦਾ ਸਮਾਨ ਆਪਾਂ ਖਰਾਬ ਕਿਉਂ ਹੋਣ ਦੇ ਹਾਂ ਉਹ ਇਸੇ ਕਾਰਨ ਉਹਨੇ ਸਾਨੂੰ ਇੱਕ ਮੁਰਗੀ ਦਿੱਤੀ ਹੁਣ ਆਪਾਂ ਆਂਡਾ ਤੇ ਭਾ ਦਿਆ ਜਿੱਦੇ ਉਹ ਮੁਰਗੀ ਨੇ ਬੱਚੇ ਕੱਢੇ ਆਪਾਂ ਹੁਣੇ ਹੀ ਸਮਾਨ ਉਹਦੇ ਵਾਸਤੇ ਲਾ ਠੀਕ ਹੈ ਜਾਨੀ ਕਿ ਜਿਹੜੀ ਉਹਨਾਂ ਮੇਰੇ ਵਾਲੀ ਮੁਰਗੀ ਹੋ ਸੀ ਉਹਦੀ ਆਪਾਂ ਆਏ ਤਾਂ ਸਮਾਨ ਦੇ ਪੰਜਰੀ ਲਾ ਕੇ ਤੇ ਉਹਨੂੰ ਪਕਵਾ ਦਾਂਗੇ ਜਿਹੜਾ ਮੁਰਗੀ ਤੋਂ ਖਾਦਾ ਗਿਆ ਖਾ ਲੂਗੀ ਹਾਂਜੀ ਬਾਕੀ ਵਾਂਡ ਵਾਲੇ ਤੋੜੇ ਤੇ ਪਾਉਣਾ ਮਨਜ਼ੂਰ ਆ ਉਹਦੀ ਮੁਰਗੀ ਨੂੰ ਨਹੀਂ ਪਾਉਣਾ ਠੀਕ ਹੈ ਉਹਦੇ ਨਾਲ ਇੰਨਾ ਵੈਰ ਪੈ ਗਿਆ ਹਾਂਜੀ ਵੈਰ ਹੀ ਪੈ ਗਿਆ ਬਸ रोटी पानी छकन लगे टाइम होगा 11:30 कद्दू की सब्जी मखनी मिर्चा ठंडी ठंडी लस्सी चलो हम आप छकते हैं प्रशादा तो आए पहाड़ा तो आए और जादू जुदू आर सब कुछ नहीं आंदा पला मार कोई जादू टूना कोई कार फिर पहाड़ा ते जाना पैना बाबा तेनू पहाड़ा बिना गल नहीं बननेगी माता ना बाबा बर्फ दे पहाड़ा ते जा उथो सही ता उथे वो हुंदा गा शक्ति उठे होंगी सही है तो जाए का फिर साढ़े सूए ते धूना लाला ठीक है होर उत्थे धूना लाला साढ़े सूए ते कड बट फकीर दी जाना ही पैना पर फलियां पहाड़ियां ते गल नहीं बननेगी धूनिया ते गल बननियां धूनिया ते सवाह दी चुंडी ना किथे मेहनत करनियां पैणियां खराकां खानियां पैणियां बाबा ऐ नहीं गल बननी लै बाबा यार कर लै नहीं यार जहर पी चक बाबा बाबे ना यारियां लिया जागा कोई नी बाबा कोई नी हाँ जी भाई जी हम अपने किसी ब्लॉग के एंड करते रात भी काफ़ी हो गई तो टाइम हो गया 9:59 तो चलो सही है जी अज का ब्लॉग सूँ वधिया लगे लाइक करो शेयर करो कमेंट करो तो अपने चैनल जरूर सबसक्राइब करो जेडे वीर भरा नवे आए हैं तो हम आप मिलेंगे नैक्सट ब्लॉग के ओके बाय अपनी जी मुर्गी सूप ही सूद यार बकरी भी करी यार की कही ना यार मैं।